ਮੱਗਰ ਸਿੰਘ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਜਿਹੜਾ ਆਪਣੀਆਂ ਬੋਲੀਆਂ ਅਤੇ ਖੁਸ਼누ਮਾ ਸੁਭਾਅ ਕਰਕੇ ਹਰ ਦਾ ਦਿਲ ਜਿੱਤ ਲੈਂਦਾ ਸੀ ਰੱਬ ਦਾ ਬੰਦਾ ਕਿ ਹਰ ਖੁਸ਼ੀ ਦੇ ਮੌਕੇ ਤੇ ਬੋਲੀਆਂ ਪਾਉਂਦਾ ਅਤੇ ਡਾਂਸ ਕਰਕੇ ਦਿਖਾਉਂਦਾ ਉਸ ਦੀ ਬੀਤੇ ਦਿਨ ਹੀ ਅਚਾਨਕ ਮੌਤ ਹੋ ਗਈ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਏ ਕਿਉਂਕਿ ਮੱਗਰ ਸਿੰਘ ਦੀ ਹਲੇ ਇਸ ਦੁਨੀਆ ਤੋਂ ਜਾਣ ਦੀ ਉਮਰ ਨਹੀਂ ਸੀ ਤੀਆਂ ਵਿਆਹਾਂ ਅਤੇ ਖੁਸ਼ੀਆਂ ਦੇ ਮੌਕੇ ਤੇ ਰੌਣਕ ਲਾਉਣ ਵਾਲਾ ਮੱਗਰ ਸਿੰਘ ਬੋਲੀਆਂ ਦਾ ਬਾਦਸ਼ਾਹ ਖਵਾਉਂਦਾ ਸੀ ਜਿੱਥੇ ਹੀ ਤਿਆ ਆਣੀਆਂ ਉਸ ਦੇ ਖੂਬ ਚਰਚਾ ਹੋਣੀ ਚਾਰੇ ਪਾਸੇ ਉਸ ਦੇ ਗਿੱਧੇ ਦੀ ਵਡਿਆਈ ਹੁੰਦੀ ਸੀ ਅਤੇ ਅਜੇ ਹਾ ਹੀ ਕੁਝ ਵਿਆਹਾਂ ਦੇ ਸੀਜ਼ਨਸ ਵਿੱਚ ਵੀ ਦੇਖਣ ਨੂੰ ਮਿਲਦਾ ਸੀ ਉੱਥੇ ਹੀ ਮੱਗਰ ਸਿੰਘ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਰ ਕੋਈ ਹੈਰਾਨ ਹੈ ਅੱਜ ਤੁਹਾਨੂੰ ਦੱਸ ਦਈਏ ਮੱਗਰ ਸਿੰਘ ਦੀ ਡੈਥ ਦਾ ਕਾਰਨ ਹਾਲੇ ਤੱਕ ਸੋਸ਼ਲ ਮੀਡੀਆ ਤੇ ਸਾਹਮਣੇ ਨਹੀਂ ਆਇਆ ਪਰ ਮੱਗਰ ਸਿੰਘ ਦੇਸ ਦੁਨੀਆ ਤੋਂ ਚਲੇ ਜਾਣ ਤੇ ਹਰ ਕੋਈ ਆਪਣਾ ਦੁੱਖ ਜ਼ਰੂਰ ਸਾਂਝਾ ਕਰ ਰਿਹਾ ਹੈ ਤੇ ਇਹ ਤਾਂ ਅਸੀਂ ਵੀ ਜਾਣਦੇ ਹਾਂ ਕਿ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬਾਕੀ ਤੁਸੀਂ ਮੱਗਰ ਸਿੰਘ ਦੀ ਆਤਮਾ ਦੀ ਸ਼ਾਂਤੀ ਦੇ ਲਈ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਨਾ ਬਾਕੀ ਤੁਹਾਨੂੰ ਮੱਗਰ ਸਿੰਘ ਕਿਵੇਂ ਦਾ ਲੱਗਦਾ ਸੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਦਾ ਬੱਕਰੀ ਬਜਾ ਠਾ ਸੂਰ ਮਿਆ ਹੁਣ ਕੱਲੀ ਨੂੰ ਟੱਕਰੀ 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 ਬਜਾ ਠਾ ਸੂਰ ਮਿਆ